पल गई तो फिर काम अपना चल पड़ा, फिर कोई चक्कर नहीं है, गल थोड़ी बालनी होती है। डब्बी दमन कितने आ डब्बी शायद मैं दिती ही तो डब्बी कवा गई यार। डब्बी कितने पाई यार बंदे ने मेरे पीछे पॉकेट में पाई डब्बी पाई। मैं जो न्यूज़पेपर लेने गए हूं पाती ही। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਸੀਂ ਅੱਜ ਵੇਖ ਰਹੇ ਹੋ ਸਾਡੀ ਰਸੋਈ 'ਚ ਚੰਗਾ ਖਿਲਾਰਾ ਪਿਆ ਆ ਅਤੇ ਇੱਥੇ ਸ਼ੈੱਫ ਇੱਕ ਨਹੀਂ ਇੱਕ ਦੋ ਤਿੰਨ ਸ਼ੈੱਫ ਇਕੱਠੇ ਹੋਏ ਵੀ ਔਰ ਸਾਰੇ ਅੱਜ ਇਹਨੇ ਛੁੱਟੀ ਬਣਾਉਂਦੇ ਪਏ ਨਾ, ਛੁੱਟੀਆਂ ਤਾਂ ਪੱਕੀਆਂ ਹੋਈਆਂ ਨੇ। ਅੱਛਾ ਲਾਸਟ ਛੁੱਟੀ ਠੀਕ ਆ। ਆਹ ਦੇਖੋ ਭਾਈ ਆਹ ਨਿੱਕਾ ਸ਼ੈੱਫ ਇਹ ਵੀ ਅੱਜ ਲੱਗੇ ਨੇ ਅੱਜ ਗ੍ਰਿਲਡ ਸੈਂਡਵਿਚ ਤਿਆਰ ਕਰਨ। ਕੱਲ੍ਹ ਅਸੀਂ ਗਏ ਸੀ ਤਾਂ ਅਸੀਂ ਲਏ ਸੀ ਬ੍ਰੈਡ, ਇਹ ਆਪਾਂ ਲੈਂਦੇ ਸੀ, ਇਹਨਾਂ ਡਿਮਾਂਡ ਕੀਤੀ ਵੀ ਬ੍ਰੈਡ ਜਿਹੜੇ ਵੱਡੇ ਜੰਬੋ ਸਾਈਜ਼ ਲੈ ਕੇ ਆਉਣੇ ਆ ਅਤੇ ਗ੍ਰਿਲਡ ਸੈਂਡਵਿਚ ਆਪਾਂ ਜੀ ਗ੍ਰਿਲਡ ਕਾਹਤੇ ਕਰਨੇ, ਗ੍ਰਿਲ ਕਾਹਤੇ ਸੈਂਡਵਿਚ ਨੂੰ ਕਰਨਾ, ਉਹ ਆਪਾਂ ਇੱਕ ਦੇਸੀ ਜੁਗਾੜ ਬਣਾਇਆ ਤੁਹਾਨੂੰ ਦਿਖਾਉਂਦੇ ਹਾਂ। ਪਹਿਲਾਂ ਇਨਗਰੀਡੀਅੰਟਸ ਆਪਾਂ ਤਿਆਰ ਕਰ ਲਈਏ। ਹਾਂ ਵੀ ਦੱਸੋ ਕਿਹੜੇ ਕਿਹੜੇ ਤੁਹਾਡੇ ਇਨਗਰੀਡੀਅੰਟਸ ਹੈਗੇ ਨੇ ਸਾਨੂੰ। ਪਹਿਲਾਂ ਆਪਾਂ ਦੋ ਅਨੀਅਨਸ ਜਿਹੜੇ ਛਿੱਲ ਲਏ ਅਤੇ ਬਾਅਦ 'ਚ ਇਹਨਾਂ ਨੂੰ ਆਪਾਂ ਕੱਟ ਕਰਕੇ ਚੌਪ ਕਰਕੇ ਰੱਖ ਲਾਂਗੇ। ਇਹ ਆਪਾਂ ਕੈਬੇਜ ਲਈ ਬੰਦ ਕੈਬੇਜ, ਇਹਨੂੰ ਆਪਾਂ ਕੱਟ ਕਰਕੇ ਰੱਖ ਲਿਆ ਅਤੇ ਆਪਾਂ ਇੱਕ ਕੈਪਸੀਕਮ ਲਿਆ, ਥੋੜ੍ਹੇ ਜਿਹੇ ਮਸ਼ਰੂਮਸ ਅਤੇ ਟੋਮੈਟੋ ਲਿਆ ਹੈ। ਹਜੇ ਚੀਜ਼ਾਂ ਥੋੜ੍ਹੀਆਂ ਜਿਹੀਆਂ ਚੌਪ ਕਰ ਲਈਆਂ ਅਤੇ ਕੁਛ ਰਹਿ ਗਈਆਂ ਨੇ ਇਹਦੇ ਲਈ ਸਾਈਡ। ਮਾਇਓਨੀਜ਼ ਵੀ ਪਾਓਗੇ? ਮਾਇਓਨੀਜ਼ ਵੀ ਪਾਵਾਂਗੇ, ਉਹਦਾ ਹੀ ਤਾਂ ਟੇਸਟ ਬਣਨਾ ਹੈ। ਓਕੇ ਹਾਂ ਵੀਰ, ਗ੍ਰੇਟ ਕਰਨ ਦਾ ਕੰਮ ਦੇ ਦਿੱਤਾ। ਹਾਂ ਵੀ ਕੈਸਾ ਲੱਗ ਰਿਹਾ ਬਈ, ਵੀਡੀਓ ਗੇਮ ਛੱਡ ਕੇ ਕੰਮ ਕਰਨਾ ਕੈਸਾ ਲੱਗ ਰਿਹਾ ਆਪ ਨੂੰ? ਵੀਡੀਓ ਗੇਮ ਤਾਂ ਚੰਗਾ ਹੀ ਆ ਦੋਸਤੋ। ਗੱਲ ਇਸ ਤਰ੍ਹਾਂ ਹੈ ਕਿ ਟਾਈਮ 'ਤੇ ਨਾ ਪਾਸ ਕਰਨਾ ਹੁੰਦਾ, ਚਾਹੇ ਕਰੋਨਾ ਕਾਲ ਚੱਲਦਾ ਅਤੇ ਇਹ ਭਾਈ ਸਾਹਿਬ ਜ਼ਿਆਦਾ ਤਾਂ ਗੇਮ 'ਤੇ ਜ਼ੋਰ ਰੱਖਦੇ ਨੇ ਅਤੇ ਇਹਨੂੰ ਇਸ ਕਰਕੇ ਇੱਧਰ ਬਿਜ਼ੀ ਕੀਤਾ ਥੋੜ੍ਹਾ ਜਿਹਾ ਵੀ ਤੂੰ ਚੱਲ ਆਪਣੇ ਹੱਥੀਂ ਕੰਮ ਕਰ, ਜਿਹੜੀ ਚੀਜ਼ ਤੁਸੀਂ ਖਾਣੀ ਆ ਆਪਣੇ ਹੱਥੀਂ ਤਿਆਰ ਕਰੋ, ਆਪ ਬਣਾਓ ਇਸ ਚੀਜ਼ ਨੂੰ। ਸੋ ਸਾਰੇ ਇਨਗਰੀਡੀਅੰਟਸ ਤਿਆਰ ਕਰਨ ਤੋਂ ਬਾਅਦ ਬਈ ਮਸ਼ਰੂਮਸ ਨੂੰ ਜਿਹੜਾ ਫਰਾਈ ਕਰਨਾ ਸ਼ੁਰੂ ਕਰ ਦਿੱਤਾ। ਲਓ ਵੀ ਇਹ ਕਿੰਨਾ ਚਿਰ ਫਰਾਈ ਕਰਨੇ ਬਈ ਦੱਸੋ? ਬਿਲਕੁਲ, ਇਹਨੇ ਪਾਣੀ ਪਹਿਲੇ ਛੱਡ ਦੇਣਾ ਸਾਰਾ, ਫਿਰ ਜਦੋਂ ਰੋਸਟ ਪੂਰਾ ਪ੍ਰੋਪਰ ਹੋ ਜਾਣਾ ਉਹਨੇ ਸਾਰਾ ਪਾਣੀ ਵੀ ਛੱਡ ਸੁੱਟ ਜਾਣਾ ਵਾ, ਬਿਲਕੁਲ ਐਂ ਕਰੰਚੀ ਹੋ ਜਾਣੇ। ਓਕੇ ਚਲੋ ਦੋਸਤੋ, ਆਪਾਂ ਆਪਣਾ ਜਿਹੜਾ ਦੇਸੀ ਗ੍ਰਿਲ ਤਿਆਰ ਕਰਨੇ ਚੱਲ ਕੇ ਅਤੇ ਕੋਲੇ ਪਾ ਕੇ ਉਹਨੂੰ ਮੰਗਾਈਏ ਅਤੇ ਉਹਦੇ ਉੱਤੇ ਇਹਨਾਂ ਨੂੰ ਗ੍ਰਿਲ ਕਰਾਂਗੇ। ਦੇਖਦੇ ਹਾਂ ਕਿ ਰੈਸਟੋਰੈਂਟ ਵਾਲਾ ਟੇਸਟ ਆਉਂਦਾ ਕਿ ਨਹੀਂ ਆਉਂਦਾ। ਪਰ ਨੈਚੁਰਲੀ ਹੈ ਐਡ ਕਰਨ ਲਈ ਸੌਸ ਦੇ ਵਿੱਚ ਮਿਓਨੀਜ਼ ਜ਼ਰੂਰ ਐਡ ਕਰਨਾ। ਜਦੋਂ ਬ੍ਰੈਡ ਆਪਾਂ ਲੈਂਦੇ ਹਾਂ, ਜਦੋਂ ਉਹਦੇ ਵਿੱਚ ਫਿਲਿੰਗਸ ਨਹੀਂ ਕੀਤੀਆਂ ਗਈਆਂ, ਬ੍ਰੈਡ ਦੀ ਦੋਨੋਂ ਸਾਈਡ 'ਤੇ ਯੂਜ਼ ਕਰਨੀ ਹੈ ਇਹ ਸੌਸ, ਇਹਨੇ ਟੇਸਟ ਹੋਰ ਡਿਲੀਸ਼ੀਅਸਨੈਸ ਐਡ ਕਰ ਦੇਣੀ ਹੈ। ਓਕੇ ਜੀ ਓਕੇ, ਬਸ ਚਲੋ ਵੀ ਸਾਰੀ ਕਰ ਦੂੰ। ਚਲੋ ਦੋਸਤੋ ਚਲੀਏ ਬਾਹਰ, ਆਪਣਾ ਸਾਰਾ ਸਮਾਨ ਜਿਹੜਾ ਤਿਆਰ ਆ ਅਤੇ ਇਹਨੂੰ ਗ੍ਰਿਲ ਕਰਦੇ ਚੱਲ ਕੇ। ਦੋਸਤੋ ਬਾਹਰ ਮੌਸਮ ਕਾਫੀ ਠੰਡਾ ਹੋ ਗਿਆ ਬਾਰਿਸ਼ ਹੋਣ ਕਰਕੇ, ਬਾਰਿਸ਼ ਵੀ ਇੱਕ ਦੋ ਦਿਨ ਲਗਾਤਾਰ ਹੀ ਪੈਣੀ ਲੱਗਦੀ। ਆਓ ਦਿਖਾਈਏ ਆਪਾਂ ਤੁਹਾਨੂੰ ਆਪਣਾ ਦੇਸੀ ਗ੍ਰਿਲ ਵਾਲਾ ਜੁਗਾੜ ਆ ਪਿਆ ਜੀ। ਚੱਲ ਵੀ ਧਿਆਨ ਨਾਲ ਚੱਕੀ ਜਰਾ, ਇੱਧਰ ਇਸ ਸਾਈਡ ਮੂੰਹ ਕਰਦੇ ਦੋਸਤੋ। ਬਣਿਆ ਤਾਂ ਕਿਸੇ ਹੋਰ ਵਾਸਤੇ ਸੀ, ਪਰ ਦੁਕਾਨ 'ਤੇ ਜਦੋਂ ਬਣਿਆ ਦੇਖਿਆ ਉੱਥੇ ਲੱਗਾ ਕਿ ਆਪਾਂ ਇਹਦਾ ਯੂਜ਼ ਕਰ ਸਕਦੇ ਹਾਂ ਮਸ਼ਰੂਮ ਰੋਸਟ ਕਰਨ ਵਾਸਤੇ, ਜਾਂ ਤੁਸੀਂ ਪਨੀਰ ਇੱਥੇ ਰੋਸਟ ਕਰ ਸਕਦੇ ਹੋ ਅਤੇ ਮੱਛੀ ਵਗੈਰਾ ਤਾਂ ਖਾਂਦੇ ਨਹੀਂ ਅਤੇ ਚਲੋ ਅਤੇ ਆਪਾਂ ਇਹਨਾਂ ਚੀਜ਼ਾਂ ਨੂੰ ਰੋਸਟ ਕਰਕੇ, ਜਾਂ ਮੇਨ ਤਾਂ ਇਹਦਾ ਪਰਪਸ ਇਹੀ ਸੀ ਕਿ ਜਦੋਂ ਅੰਦਰ ਜ਼ਿਆਦਾ ਠੰਡ ਹੁੰਦੀ ਹੈ ਅੰਦਰਾਂ ਦੇ ਵਿੱਚ, ਉਦੋਂ ਆਪਾਂ ਕੋਲੇ ਵਗੈਰਾ ਬਾਲ ਕੇ ਅੰਦਰ ਵੀ ਨਿੱਘੇ ਵੀ ਕਰ ਸਕਦੇ ਹਾਂ, ਨਿੱਘੇ ਵੀ ਨਾਲੋ ਨਾਲ ਹੋ ਜਾਂਦਾ, ਨਾਲ ਨਾਲ ਤੁਸੀਂ ਪਾਣੀ ਵਗੈਰਾ ਵੀ ਉੱਤੇ ਉਬਾਲ ਸਕਦੇ ਹੋ। ਇਹਦੀ ਬਣਤਰ ਤੁਹਾਨੂੰ ਦਿਖਾ ਦਿੰਦਾ ਜੀ, ਆ ਉੱਪਰ ਜਿਹੜੀ ਇਹ ਹੈਗੀ ਸਟੀਲ ਦੀ, ਔਰ ਕੋਲੇ ਆਪਾਂ ਇੱਥੇ ਰੱਖਣੇ ਆ ਜਿਹੜੀ ਇਹਨਾਂ ਦੀ ਜਿੰਨਾ ਵੀ ਜਿਹੜੇ ਸਵਾਹ ਆ ਜਾਂ ਰਾਖ ਆ ਇਹ ਥੱਲੇ ਚਲੀ ਜਾਣੀ ਇੱਧਰ। ਚਲੋ ਆਪਾਂ ਕਰੀਏ ਤਿਆਰੀ, ਲਾਈਏ ਅੱਗੇ ਇਹਦੇ 'ਚ ਬਾਲੀਏ ਕੋਲੇ। ਇਹ ਦੋਸਤੋ ਮੈਂ ਇਕੱਠੇ ਲੈ ਦਿੱਤੇ ਸੀ 10-15 ਕਿਲੋ,
दोस्तों कूड़े आप जोड़े ये हम भर देने सुबह पिछे कर ली है ना। हाँ जी इन्होंने दोस्तों जी इन्हों अग लाने जी को थोड़ी जी औखी होंगी जो ये मग पैंट फिर में चलते रहना इन्हों मंगाने भी दोस्तों एक बार जी अग बल गई तो फिर काम अपना चल पड़ना फिर कोई चक्कर नहीं है गल थोड़ी बालनी औखी है डब्बी दबा कितने डब्बी शायद मैं दिती ही डब्बी कवा की यार डब्बी कितने पाई यार बंदे ने मेरे पिछले पॉकेट में पाई डब्बी पाई मैं जो न्यूज़पेपर लेन गए उरो पाती ही चल सारियां सब्जियां ग्रिंड कर लिया ने मशरूम्स रोस्ट कर ले ने एंड हुण आपां सारे इनग्रीडियंट्स नूं मिक्स करांगे नाल जिहड़ी आपां सॉस यूज करनिया ने हुण आपां मेयोनीज ऐड करांगे हुण आपां यूज करांगे जिंजर गार्लिक पेस्ट इहदे नाल होर भी जायका ऐड हो जांदा है चंगी तरह मिक्स कर लेना है। लो भी दोस्तों इन्ना काला कमाला जहा इकट्ठा करके मिक्स कर लिया देखो हुण किदां बनदा टेस्टी बनेगा बाकी खाते पता लगना भाई। लो भी दोस्तों अग अपनी बन के हुण तैयार हो गई है जिन्नी कु आपां नूं इहदी लोड़ आ जिन्ना कु आपां नूं सेक चाहिए पहला आपां चंगी तरह इहनूं स्प्रैड कर लेना है ब्रैड ते जड़ी आप दो स्लाइसिज यूज करनी है दोनों से लगा लेना है स्प्रैड नूं भाई दोस्तों मौसम ठंडा हो उत्तों इदा चीज़ा खाने वास्ते मिल जाए तो कहते ना सोने से सुहागा हो जाता थोड़ी मेहनत करनी पैंदी है। चलो सब तो वड्डा जिहड़ा बेनीफिट ये इस चीज़ का कि परिवार के बह के असी इन चीज़ा तैयार करते हैं आपां नूं पता है चीज़ा हाइजीनिक अपने सामने जिहड़ियां बणियां हुंदियां ने जिहड़ा आपां आप बनाउंदे आ बाज़ारां दे विच वी ठीक आ चीज़ां मिल जांदियां जे आपां ग्रिल्ड ब्रैड की गल कर लईए जां ग्रिल्ड सैंडविच की गल करिए चीज़ां मिल जांदियां ने आम थोड़ा जिहा आपां एफर्ट करिए तां आपां घर वी बना सकदे इन्हां चीज़ां नूं पर जिहड़ा अपनी खुद दे हैंडमेड दा टेस्ट है उह बाज़ारां लई रीस कित्थे है। चलो ते आपां नूं तैयार करिए ते हुण आपां वी शेफ बणांगे तो कैमरा फड़ाने आप छोटे कैमरा मैन हड़बे कैमरा हूँ तू बना दोस्तों सीधा ऐस सेक पर नहीं रखना इन थोड़ा साइड पर रखना कोड़े जो हाई फ्लेम से नहीं करना लो फ्लेम से करना जिथे सेक घट है कोड़ का दोस्तों तैयार हो गए अपने सैंडविच लवी दोस्तों आप अज ग्रिल्ड सैंडविच तैयार किए सारे रल मिल के खाते भी सारे रल मिल के सो आस है कि तुम भी अपने परिवार के हस खेड के अपना दिन जरा मना रहे हो कि काफ़ी ठंड हो गई है बारिश भी हो रही है सो अपनी सेहत का ख्याल रखना हाइजीनिक खाना
और कोशिश करिए कि घर तो बाहर जाके इन इस सीजन में घट ही खाया जाए। साढ़े लोग गुजारिश है जी, इस वीडियो में तुसी लाइक शेयर और इस वीडियो उत्ते तुसी कमेंट जरूर करना और साढ़े चैनल में सबसक्राइब करना कि ताकि तुहाडी सपोर्ट मिल सके और असी होर नवे जिहड़े कंटेंट बना सकीए। सो सारे तो विदा लेने हैं, सारे नूं प्यार भरी सत श्री अकाल जी। चढ़दी कला चढ़ो, वसदे रहो, हसदे रहो।